ਕੋਰੋਨਾ ਦੇ ਕਹਿਰ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਹੁਣ ਤੱਕ ਪੰਜਾਬ ਦੇ ਵਿੱਚ 14 ਕੇਸ ਸਾਹਮਣੇ ਆ ਚੁੱਕੇ ਨੇ। ਇਹਨਾਂ 14 ਕੇਸਾਂ 'ਚੋਂ 7 ਨਵਾਂਸ਼ਹਿਰ ਅਤੇ 4 ਅੰਮ੍ਰਿਤਸਰ, 1 ਹੁਸ਼ਿਆਰਪੁਰ ਅਤੇ 4 ਮੋਹਾਲੀ ਤੋਂ ਕੇਸ ਸਾਹਮਣੇ ਆਏ ਨੇ। ਅਤੇ ਅੱਜ ਯਾਨੀ ਕਿ ਐਤਵਾਰ ਜਨਤਾ ਕਰਫਿਊ ਦਾ ਐਲਾਨ ਪੂਰੇ ਦੇਸ਼ ਦੇ ਵਿੱਚ ਕੀਤਾ ਗਿਆ ਅਤੇ ਅੱਜ ਮੋਹਾਲੀ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਜਨਤਾ ਕਰਫਿਊ ਦਾ ਅਸਰ ਦਿਖ ਰਿਹਾ, ਸੜਕਾਂ 'ਤੇ, ਦੁਕਾਨਾਂ 'ਤੇ, ਬਾਜ਼ਾਰਾਂ 'ਚ ਅਸਰ ਦਿਖ ਰਿਹਾ। ਤੁਹਾਨੂੰ ਮੈਂ ਇੱਕ ਵਾਰੀ ਤਸਵੀਰ ਦਿਖਾ ਦਿੰਦਾ। ਇਸ ਸਮੇਂ ਮੈਂ ਖਰੜ ਮੋਹਾਲੀ ਚੰਡੀਗੜ੍ਹ ਰੋਡ 'ਤੇ ਖੜ੍ਹਾ। ਇਹ ਰੋਡ ਆਮ ਤੌਰ 'ਤੇ ਪੈਕ ਹੁੰਦਾ, ਟ੍ਰੈਫਿਕ ਜਾਮ ਹੁੰਦਾ, ਲੇਕਿਨ ਅੱਜ ਇਸ ਰੋਡ ਦੇ ਉੱਤੇ ਇੱਕਾ ਦੁੱਕਾ ਤੁਹਾਨੂੰ ਗੱਡੀਆਂ ਦਿਖਣਗੀਆਂ। ਅਗਰ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅੱਜ ਸਾਰੇ ਬਾਜ਼ਾਰ ਬਿਲਕੁਲ ਬੰਦ ਨੇ। ਸਾਹਮਣੇ ਨਿੱਜਰ ਰੋਡ ਹੈ, ਨਿੱਜਰ ਰੋਡ ਦੀਆਂ ਸਾਰੀਆਂ ਹੀ ਦੁਕਾਨਾਂ, ਸਾਰਾ ਹੀ ਬਾਜ਼ਾਰ ਬੰਦ ਦੇਖਣ ਨੂੰ ਮਿਲ ਰਿਹਾ। ਇੱਕ ਵੀ ਸ਼ਖਸ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਇਹ ਸਨੀ ਇਨਕਲੇਵ ਸਾਹਮਣੇ ਹੈਗਾ। ਇਹ ਸਨੀ ਇਨਕਲੇਵ ਦੇ ਵਿੱਚ ਆਮ ਤੌਰ 'ਤੇ ਭੀੜ ਹੁੰਦੀ ਹੈ ਬਾਜ਼ਾਰ ਦੇ ਵਿੱਚ, ਲੇਕਿਨ ਅੱਜ ਇੱਥੇ ਬਿਲਕੁਲ ਸ਼ਾਂਤੀ ਹੈ, ਬਿਲਕੁਲ ਬਾਜ਼ਾਰ ਬੰਦ ਹੈ। ਲੋਕ ਘਰਾਂ ਦੇ ਵਿੱਚ ਬੈਠੇ ਨੇ, ਕੋਪਰੇਟ ਕਰ ਰਹੇ ਨੇ, ਕਿਉਂਕਿ ਕਰੋਨਾ ਦਾ ਕਹਿਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਕਿਉਂਕਿ 14 ਕੇਸ ਹੁਣ ਤੱਕ ਆ ਚੁੱਕੇ ਨੇ। ਤਾਂ ਲੋਕ ਕਿਤੇ ਨਾ ਕਿਤੇ ਡਰੇ ਹੋਏ, ਸਹਿਮੇ ਹੋਏ ਦਿਖ ਰਹੇ ਨੇ, ਅਤੇ ਇਸ ਕਰਕੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ, ਅਹਿਤਿਆਤ ਵਰਤਿਆ ਜਾ ਰਿਹਾ। ਇਸ ਤੋਂ ਇਲਾਵਾ ਅਗਰ ਗੱਲ ਕਰੀਏ, ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਸੀ ਕਿ ਸਹਿਯੋਗ ਕੀਤਾ ਜਾਵੇ, ਕੁਝ ਹਫ਼ਤੇ ਮੈਨੂੰ ਦਿੱਤੇ ਜਾਣ ਤਾਂ ਕਿ ਇਸ ਦੀ ਚੇਨ ਤੋੜੀ ਜਾਵੇ। ਕਰੋਨਾ ਦੀ ਚੇਨ ਤੋੜਨ ਲਈ, ਕਰੋਨਾ ਦਾ ਲੱਕ ਤੋੜਨ ਲਈ ਵਕਤ ਮੰਗਿਆ ਗਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਅਤੇ ਅੱਜ ਲੋਕ ਕਿਤੇ ਨਾ ਕਿਤੇ ਕੋਪਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਖਰੜ ਮੋਹਾਲੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।